ਜਸਟਿਵ ਦੇ ਕੇ ਦਰਸ਼ਕਾਂ ਨੂੰ ਜਿੰਮੀ ਬਰਾੜ ਵੱਲੋਂ ਸਤਿ ਸ੍ਰੀ ਅਕਾਲ। ਤਾਂ ਮੈਂ ਤੁਹਾਡਾ ਸਾਰਿਆਂ ਦਾ ਸਾਂਝਾ ਅਤੇ ਤੁਹਾਡੇ ਸਾਰਿਆਂ ਦੀਆਂ ਸਾਂਝੀਆਂ ਅਤੇ ਦਿਲ ਦੀਆਂ ਗੱਲਾਂ ਲੈ ਕੇ ਅੱਜ ਫਿਰ ਹਰ ਮੰਗਲਵਾਰ ਦੀ ਤਰ੍ਹਾਂ ਲਾਈਵ ਇੰਡੀਅਨ ਐਪਲ ਤੋਂ ਪੇਸ਼ ਹੁੰਦੇ ਹਾਂ, ਤਾਂ ਕਿ ਆਪਣੀ ਕਮਿਊਨਿਟੀ ਦੀਆਂ ਗੱਲਾਂ ਔਰ ਪੰਜਾਬੀ ਕਮਿਊਨਿਟੀ ਜਾਂ ਕਮਿਊਨਿਟੀ ਇੰਡੀਅਨ ਹੋਵੇ, ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਇਵੈਂਟ ਹੋਈ ਆ ਜਾਂ ਹੋਣ ਵਾਲੀ ਆ ਉਹਦੇ ਬਾਰੇ ਆਪਾਂ ਕੋਸ਼ਿਸ਼ ਕਰੀਦੀ ਆ ਕਿ ਆਪਣੀ ਇਸ ਕਮਿਊਨਿਟੀ ਨੂੰ ਪੂਰਾ ਅਪਡੇਟ ਕੀਤਾ ਜਾਵੇ ਕਿ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ। ਇਸੇ ਕਰਕੇ ਆਪਾਂ ਹਫ਼ਤੇ 'ਚ ਹਰ ਮੰਗਲਵਾਰ ਲਾਈਵ ਪੇਸ਼ ਹੁੰਦੇ ਹਾਂ ਲੈ ਕੇ ਆਪਣੇ ਆਲੇ ਦੁਆਲੇ ਦੀਆਂ ਗੱਲਾਂ। ਜੇ ਤੁਸੀਂ ਵੀ ਇਸ ਸਾਡੇ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ ਈਮੇਲ ਵੀ ਭੇਜ ਸਕਦੇ ਹੋ ਜਿਹੜੀ ਸਕਰੀਨ 'ਤੇ ਆ ਰਹੀ ਹੁੰਦੀ ਹੈ। ਅਤੇ ਇਸੇ ਨਾਲ ਅੱਜ ਆਪਾਂ ਗੱਲ ਕਰਾਂਗੇ ਕਿ ਇੰਡੀਆਨਾ ਜੋ ਇੰਡੀਅਨ ਨਾਲ ਹੁਣ ਤੱਕ ਕਾਫ਼ੀ ਭਰ ਗਿਆ, ਇੰਡੀਅਨ ਐਪਲਸ ਜਿਹੜਾ ਬਹੁਤ ਪਹਿਲਾਂ ਕੋਈ ਨਹੀਂ ਜਾਣਦਾ ਹੁੰਦਾ ਸੀ, ਲੇਕਿਨ ਹੁਣ ਇੰਡੀਅਨ ਐਪਲਸ ਦੇ ਵਿੱਚ ਇੰਡੀਅਨ ਇੰਨੇ ਕੁ ਹੋ ਚੁੱਕੇ ਆ ਕਿ ਇਹਨੂੰ ਇੰਡੀਆ ਕਹਿਣਾ ਬਹੁਤ ਸੌਖਾ ਲੱਗਦਾ। ਇੰਡੀਆ ਅਤੇ ਇੰਡੀਆਨਾ ਇੱਕ ਬਹੁਤ ਹੀ ਕਾਮਨ ਗੱਲ ਵੀ ਹੈ ਕਿ ਇੰਡੀਆ ਜਾਂ ਇੰਡੀਆਨਾ ਜੇ ਥੋੜ੍ਹੀ ਲਿਖਣਾ ਸ਼ੁਰੂ ਕਰੀਏ ਤਾਂ ਬਹੁਤ ਹੀ ਥੋੜ੍ਹਾ ਫਰਕ ਰਹਿ ਜਾਂਦਾ ਇੰਡੀਆ ਅਤੇ ਇੰਡੀਆਨਾ ਦੇ ਵਿੱਚ। ਅਤੇ ਆਪਾਂ ਇਸੇ ਤਰ੍ਹਾਂ ਦੀ ਅੱਜ ਇੱਕ ਗੱਲ ਕਰਾਂਗੇ ਨਾਲ ਜਿਹੜੀ ਪਿਛਲੇ ਹਫ਼ਤੇ ਆਪਾਂ ਨੂੰ ਇੰਡੀਅਨ ਐਪਸ ਵਿੱਚ ਦੇਖਣ ਲਈ ਮਿਲੀ, ਜਿੱਥੇ ਆਪਣੇ ਗਵਰਨਰ ਵੀ ਆਇਆ ਅਤੇ ਕਾਫ਼ੀ ਵੱਡੀ ਇਵੈਂਟ ਵੀ ਉਹਨਾਂ ਨੇ ਰੱਖੀ ਜਿਹੜੇ ਉਹ ਹਰ ਸਾਲ ਰੱਖਦੇ ਸੀ ਪਿਛਲੇ 4 ਸਾਲ ਤੋਂ, ਲੇਕਿਨ ਪਿਛਲੇ ਸਾਲ ਨਹੀਂ ਰੱਖ ਸਕੇ ਕੋਰੋਨਾ ਮਹਾਂਮਾਰੀ ਦੇ ਕਾਰਨ। ਲੇਕਿਨ ਉਹਨਾਂ ਨੇ ਇਸ ਸਾਲ ਜਿਹੜੀ ਆ 21 ਦੇ ਵਿੱਚ ਉਹ ਇਵੈਂਟ ਰੱਖੀ, ਬਹੁਤ ਵਧੀਆ ਚੀਜ਼ ਲੱਗੀ ਸੀ। ਆਪਾਂ ਆਓ ਉਹਨਾਂ ਨੂੰ ਪਹਿਲਾਂ ਵੈਲਕਮ ਕਹਿੰਦੇ ਹਾਂ ਆਪਣੇ ਨਾਲ ਜੁੜੇ ਨੇ ਰਾਜੂ ਚੰਟਾਲਾ ਜੀ। ਰਾਜੂ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜਸ ਟੀਵੀ 'ਤੇ ਜੀ। ਥੈਂਕ ਯੂ ਜੈਸੀ ਜੀ, ਥੈਂਕ ਯੂ। ਰਾਜੂ ਜੀ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਤੁਸੀਂ ਜੋ ਜਿੰਨੇ ਆਪਣੇ ਜਸ ਟੀਵੀ ਦਰਸ਼ਕ ਦੇਖ ਰਹੇ ਨੇ ਜ਼ਰੂਰ ਦੱਸੋ ਕਿ ਆਪਣਾ ਨਾਮ, ਤੁਸੀਂ ਇੱਥੇ ਕਿੱਥੇ ਰਹਿੰਦੇ ਹੋ ਅਤੇ ਇੰਡੀਆ ਤੋਂ ਕਿੱਥੋਂ ਬਿਲੋਂਗ ਕਰਦੇ ਹੋ? My name is Raju Chintala. I'm the founder and chairman of Indiana India Business Council, which is the bridge between Indiana and India. ye jab bridge banaya hai between Indiana and India, ye economic, education, social, sports, relationships between the state of Indiana and the country India. ਇਹ ਮੈਂ ਦੂਸਰਾ ਤੁਹਾਨੂੰ ਕੁਐਸਚਨ ਪੁੱਛੂੰਗਾ ਕਿ ਇੰਡੀਆ ਅਤੇ ਇੰਡੀਆਨਾ ਦੇ ਵਿੱਚ ਬ੍ਰਿਜ ਬਣਾਉਣ ਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ? ਕਿਉਂਕਿ ਬਹੁਤ ਵਧੀਆ ਚੀਜ਼ ਹੈ ਕਿ ਇੰਡੀਆ ਔਰ ਇੰਡੀਆਨਾ। ਯੈਸ, ਸੋ ਹਮ ਇਧਰ ਆਇਆ 1996 ਇੰਡੀਆਨਾ ਕੋ ਆਇਆ ਐਜ਼ ਅ ਸਪੀਚ ਥੈਰੇਪਿਸਟ, ਸਪੀਚ ਪੈਥੋਲੋਜਿਸਟ, ਕੰਮ ਕਰਨੇ ਕੇ ਲਈ, ਪ੍ਰੈਕਟਿਸ ਕਰਨੇ ਕੇ ਲਈ ਇਧਰ ਆਇਆ। ਯਹਾਂ ਸੈਟਲ ਹੋ ਗਿਆ 25 ਇਅਰਸ ਸੇ। ਸੋ ਇਹ ਪੈਸ਼ਨ ਤਾਂ ਇਹ ਆਪਣਾ ਜਹਾਂ ਸੈਕੰਡ ਹੋਮ ਹੈ ਜੋ ਇੰਡੀਆਨਾ, ਆਪਣਾ ਕੰਟਰੀ ਕੇ ਸਾਥ ਜੋ ਫਾਇਦਾ ਕੀਆ ਹਮ ਉਧਰ, ਸੋ ਕੈਸਾ ਰਿਲੇਸ਼ਨਸ਼ਿਪਸ ਬਣਾਏਂਗੇ ਉਧਰ, ਸੋ ਉਸਕਾ ਵਾਸਤਾ 2004 ਸੇ ਹਮ ਵਾਲੰਟੀਅਰ ਕਰਕੇ ਮੇਨਲੀ ਡੈਲੀਗੇਟਸ ਕੋ ਯਹਾਂ ਸੇ ਇੰਡੀਆ ਲੈ ਕੇ ਜਾਣਾ, ਵਹਾਂ ਸੇ ਯਹਾਂ ਲੈ ਕੇ ਆਉਣਾ। ਇਸਮੇ ਇਹ ਜੋ ਸਤ ਸੰਬੰਧ ਰਿਲੇਸ਼ਨਸ਼ਿਪ ਬਣਾਨੇ ਕੇ ਲਈ ਕੋਸ਼ਿਸ਼ ਕਰ ਰਹਾ ਥਾ। ਇਹ ਇੰਡੀਆਨਾ ਰਾਸ਼ਟਰ ਹੈ, ਜੈਸਾ ਆਪਣਾ ਇੰਡੀਆ ਕਾ ਜੈਸਾ ਹੈ, ਜੋ ਫੈਕਟਰੀਸ, ਇੰਡਸਟਰੀਸ, ਬਿਜ਼ਨੈਸਿਸ, ਆਪਣਾ ਕਮਿਊਨਿਟੀ ਵੀ, ਇੰਡੀਅਨ ਕਮਿਊਨਿਟੀ ਵੀ ਵੱਧ ਰਹੇ ਹਾਂ। ਹਮ 96 ਮੇਂ ਜਬ ਆਇਆ ਤਾਂ ਯਹਾਂ ਬਹੁਤ ਕਮ ਲੋਕ ਰਹਿਤਾ ਥਾ, ਔਰ ਇਹ ਗ੍ਰਾਸਰੀ ਸਟੋਰ ਵੀ ਨਹੀਂ ਰਹਿਤਾ ਥਾ, ਉਹ ਸ਼ਿਕਾਗੋ ਜਾ ਕੇ ਵਹਾਂ ਸੇ ਗ੍ਰਾਸਰੀ ਲੈ ਕੇ ਆਤਾ ਥਾ। ਅਭੀ ਵੀ ਹੈਵ ਮੋਰ ਦੈਨ 10 ਗ੍ਰਾਸਰੀ ਸਟੋਰਸ, ਮੋਰ ਦੈਨ 15 ਇੰਡੀਅਨ ਰੈਸਟੋਰੈਂਟਸ। ਕਮਿਊਨਿਟੀ ਆਪਣਾ ਇੰਡੀਆ ਸੇ ਜੋ 29 ਸਟੇਟਸ ਸੇ, ਸਭ 29 ਸਟੇਟਸ ਸੇ ਯਹਾਂ ਲੋਕ ਹੈ, ਲਾਈਕ ਪੰਜਾਬੀਸ, ਗੁਜਰਾਤੀਸ, ਤੇਲਗੂਸ, ਕੰਨੜਸ, ਤਮਿਲਸ, ਮਲਿਆਲੀਸ, ਉਰੀਆ, ਬੰਗਾਲੀ, ਯੂਪੀ, ਯੂ ਨੇਮ ਆਲ 29 ਸਟੇਟਸ, ਨਿਊ ਦਿੱਲੀ, ਮੁੰਬਈ, ਆਲ ਦੀਸ ਪੀਪਲ ਆਰ ਸਟੇਇੰਗ ਇਨ ਇੰਡੀਆ। ਜੀ, ਕਾਫੀ ਮੈਨੇ ਵੀ ਦੇਖਾ ਕਿ ਕਾਫੀ ਮਿਕਸਚਰ ਜੋ ਇੰਡੀਆ ਮੇ ਇੰਡੀਆ ਸੇ ਇੰਡੀਅਨਸ ਇੰਡੀਆਨਾ ਮੇ ਮੂਵ ਹੋ ਚੁੱਕੇ ਹੈ, ਲੇਕਿਨ ਆਪਕਾ ਜੋ ਇਹ ਐਸੋਸੀਏਸ਼ਨ ਕਾ ਥਾ ਵੋ ਬਹੁਤ ਹੀ ਅੱਛਾ ਲਗਾ ਕਿ ਇੰਡੀਆਨਾ ਔਰ ਇੰਡੀਆ ਕੇ ਬੀਚ ਬ੍ਰਿਜ ਬਣਾਇਆ। ਔਰ ਜੋ ਗਵਰਨਰ ਹਮ ਦਿਖਾਨੇ ਜਾ ਰਹੇ ਹਾਂ, ਇਹ ਥੋੜ੍ਹੀ ਬ੍ਰੇਕ ਕੇ ਇੱਕ ਬ੍ਰੇਕ ਲੇਂਗੇ ਛੋਟਾ ਸਾ, ਉਸਕੇ ਬਾਅਦ ਇਹ ਜੋ ਗਵਰਨਰ ਕੇ ਆਪਕੇ ਗਵਰਨਰ ਨੇ ਜੋ ਆਪਕਾ ਹੈਲਪ ਕੀਆ
उसके बारे में थोड़ी बात करेंगे कि आप, लेकिन उससे पहले एक छोटा सा ब्रेक लेंगे, आप ऐसे ही हमारे साथ तो बने रहें, एक छोटा सा ब्रेक लेंगे उसके बाद फिर चालू करते श्योर जी। ब्रेक तो बाद एक बार फिर सत श्री अकाल, स्वागत है थोड़ा। ਆਪਾਂ ਉਹੀ ਗੱਲ ਕਰ ਰਹੇ ਕਿ ਇੰਡੀਆ ਤੇ ਇੰਡੀਆਨਾ ਦੀ ਬੜਾ ਹੀ ਕਾਮਨ ਜਿਹਾ ਲੱਗਦਾ ਆਪਣੇ ਨਾਲ ਰਾਜੂ ਜੀ ਨੇ। ਰਾਜੂ ਜੀ ਫਿਰ ਤੁਹਾਡਾ ਵੈਲਕਮ ਆ, ਤੇ ਆਪਾਂ ਫਿਰ ਵਾਪਸ ਗੱਲ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਕਿ ਤੁਸੀਂ ਜਿਹੜਾ ਇੰਡੀਆਨਾ ਤੇ ਇੰਡੀਆ ਦਾ ਬ੍ਰਿਜ ਬਣਾਇਆ, ਇਹਦੇ ਨਾਲ ਕਮਿਊਨਿਟੀ ਨੂੰ ਕਿੰਨਾ ਕੁ ਫਾਇਦਾ ਹੋਇਆ? ਬਹੁਤ ਫਾਇਦਾ ਹੋਤਾ ਹੈ ਨਾ, ਬਿਕਾਜ਼ ਜੋ ਵੀ ਰਿਲੇਸ਼ਨਸ ਹੈ ਆਪਣਾ, ਗਵਰਨਮੈਂਟ ਟੂ ਗਵਰਨਮੈਂਟ, ਜੀ ਬਿਜ਼ਨਸ ਟੂ ਬਿਜ਼ਨਸ, ਜੀ ਕਲਚਰ ਟੂ ਕਲਚਰ, ਸਪੋਰਟਸ ਵੀ ਡਿਵੈਲਪ ਹੋਇਆ, ਇਧਰ ਕ੍ਰਿਕਟ, ਕਬੱਡੀ, ਜੋ ਵੀ ਸਪੋਰਟਸ ਵੀ, ਇੰਡੀਅਨ ਸਪੋਰਟਸ ਵੀ ਯਹਾਂ ਖੇਲਤਾ ਹੈ, ਐਂਡ ਵੀ ਆਰ ਪਾਰਟ ਆਫ ਇੰਡੀਆਨਾ। ਇੰਡੀਆਨਾ ਕਾ ਜੋ ਇਕਾਨਮੀ ਹੈ, ਇੰਡੀਆਨਾ ਕਾ ਜੋ ਕਲਚਰ ਹੈ, ਹਮਾਰਾ ਘਰ ਵੀ ਇਧਰ ਹੀ ਹੈ, ਸਭ ਲੋਕ ਕਾ, ਯਹਾਂ ਕਾ ਪੋਲੀਟੀਕਲ ਵੀ ਇੱਕ ਯੇ ਹੈ, ਉਸਮੇ ਵੀ ਇਨਵਾਲਵ ਹੋਣਾ ਚਾਹੀਏ, ਕਿਉਂਕਿ ਆਪਣਾ ਬੱਚੋਂ ਕੇ ਲੀਏ, ਇਹ ਜੋ ਨੈਕਸਟ ਜਨਰੇਸ਼ਨ ਕੇ ਲੀਏ, ਐਜੂਕੇਸ਼ਨ ਕੇ ਲੀਏ ਅੱਛਾ ਅਪਰਚੁਨਿਟੀਜ਼ ਮਿਲੇਗਾ। ਔਰ ਹਮਾਰਾ ਇੰਡੀਆ ਕੰਪਨੀਜ਼ ਕੋ ਯਾ ਇੰਡੀਆਨਾ ਪੇ ਲੈ ਕੇ ਆ ਰਹੇ, ਜੋ ਜਾਬ ਕ੍ਰੀਏਟ ਕਰਤਾ ਹੈ, ਦੇ ਹਾਇਰ ਲੋਕਲ ਪੀਪਲ ਕੋ ਹਾਇਰ ਕਰਤਾ ਹੈ। ਸੋ ਯਹਾਂ ਕਾ ਯੂਨੀਵਰਸਿਟੀਜ਼ ਮੇ ਵੀ ਆਪਣਾ ਇੰਡੀਆ ਸੇ ਸਟੂਡੈਂਟਸ ਆਤਾ ਹੈ, ਵੋ ਲੋਕ ਕੋ ਵੀ ਯਹਾਂ ਅਪਰਚੁਨਿਟੀਜ਼ ਮਿਲੇਂਗੇ। ਸੋ ਇਟ ਇਜ਼ ਅ ਮਿਊਚੁਅਲ ਬੈਨੀਫਿਟ ਫੋਰ ਇੰਡੀਆ ਐਸ ਵੈਲ ਐਸ ਇੰਡੀਆਨਾ। ਆਪਣਾ ਇੰਡੀਆਨਾ ਕੰਪਨੀਜ਼ ਵੀ ਇੰਡੀਆ ਮੇ ਵੀ ਬਿਜ਼ਨਸ ਕਰ ਰਹੇ, ਵਹਾਂ ਵੀ ਲੋਕਲ ਹਾਇਰਿੰਗ ਕਰ ਰਹੇ, ਵੀ ਹੈਵ ਕੰਪਨੀਜ਼ ਆਲ ਓਵਰ ਇੰਡੀਆ ਫਰੋਮ ਇੰਡੀਆਨਾ ਹੈਡਕੁਆਟਰ। ਸੋ ਯੇ ਜੋ ਇਕਨਾਮਿਕ ਰਿਲੇਸ਼ਨ ਸੇ ਇੱਕ ਜਾਬ ਜੋ ਕ੍ਰੀਏਟ ਕਰਤਾ ਹੈ ਇੱਕ, ਵੋ ਤੀਨ ਜਾਬ ਕ੍ਰੀਏਟ ਹੋਤਾ ਹੈ, ਮਲਟੀਪਲਾਈ ਹੋਤਾ ਹੈ, ਤੀਨ ਸੇ ਚਾਰ ਜਾਬ ਸੇ ਇਕਾਨਮੀ, ਲਾਈਕ ਰੈਸਟੋਰੈਂਟਸ, ਗ੍ਰੋਸਰੀਜ਼, ਗੈਸ ਸਟੇਸ਼ਨਸ, ਟੈਕਸੀ, ਲਾਇਰਸ ਐਂਡ ਫੈਮਲੀ, ਕਿਡਸ ਐਜੂਕੇਸ਼ਨ, ਯੂ ਨੋ, ਜੋ ਵੀ ਜੋ ਸਪੈਂਡ ਕਰਤਾ ਹੈ, ਲੋਕਲ ਸਪੈਂਡ ਕਰਤਾ ਹੈ। ਸੋ ਇੱਕ ਜਾਬ ਕ੍ਰੀਏਟ ਕਰਨੇ ਸੇ ਤੀਨ ਚਾਰ ਜਾਬ, ਦੂਸਰਾ ਇਨਡਾਇਰੈਕਟ ਜਾਬਸ ਜੋ ਕ੍ਰੀਏਟ ਹੋਤੇ ਰਹਿਤਾ ਹੈ। ਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੌਬ ਕ੍ਰੀਏਟ ਕਰਦਾ, ਕੰਪਨੀ ਵੀ ਹੈ, ਜੇ ਕੋਈ ਕੋਈ ਵੀ ਇੰਡੀਅਨ ਜਿਹੜਾ ਇੰਡੀਆ ਤੇ ਇੰਡੀਅਨ ਆਪਸ ਵਿੱਚ ਰਹਿੰਦਾ, ਉਹ ਇੰਡੀਆ ਦੇ ਵਿੱਚ ਆਪਣਾ ਕੋਈ ਕੰਮ ਕਰਨਾ ਚਾਹੁੰਦਾ ਜਾਂ ਉੱਥੋਂ ਇੱਥੇ ਕਰਨਾ ਚਾਹੁੰਦਾ, ਤੁਸੀਂ ਉਹਦੀ ਹੈਲਪ ਕਰ ਸਕਦੇ ਹੋ? ਸੋ ਇੰਡੀਆ ਕਾ ਜੋ ਜੋ ਕੰਪਨੀਸ ਆਤਾ ਹੈ, ਹਮ ਯਹਾਂ ਗਵਰਨਮੈਂਟ ਸੇ ਵਰਕ ਕਰਕੇ, ਉਹ ਲੋਕ ਇਨਸੈਂਟਿਵ ਜੋ ਹੋਤਾ ਹੈ, ਜੀ, ਜੋ ਵੀ ਹੈ ਗਵਰਨਮੈਂਟ ਕਾ ਇਨਸੈਂਟਿਵ, ਸਟੇਟਸ, ਲੋਕਲ, ਕਾਉਂਟੀ, ਉਹ ਸਭ ਮਿਲਤਾ ਹੈ ਕੰਪਨੀਜ਼ ਕੋ। ਹਮ ਜੋ ਅਭੀ ਤੱਕ ਹਮਾਰਾ ਇੰਡੀਅਨ ਕੰਪਨੀਜ਼ ਜੋ ਇੰਡੀਆਨਾ ਮੇ ਹੈ, ਆਜ ਤੱਕ ਹੈਡਕੁਆਟਰਡ ਇੰਡੀਆ ਮੇ ਹੋ ਕੇ ਯਹਾਂ ਬਿਜ਼ਨਸ ਖੋਲਾ, ਆਫਿਸ ਖੋਲਾ, ਵੋ ਨੌ ਨਾਈਨ ਕੰਪਨੀਜ਼ ਹੈ। ਆਪਣਾ ਜੋ ਇੰਡੀਅਨ ਕਮਿਊਨਿਟੀ ਵੀ ਬਿਜ਼ਨਸ ਜੋ ਹੋਤਾ ਹੈ, ਵੋ ਵੀ ਬੜਾ ਹੈ, ਬਹੁਤ ਸਾਰਾ ਲੋਕ ਹੈ, ਗੈਸ ਸਟੇਸ਼ਨਸ ਹੈ, ਅਕਾਊਂਟਿੰਗ ਫਰਮਸ ਹੈ, ਸਬਵੇਸ ਹੈ, ਪੀਜ਼ਾ ਹੈਟਸ ਹੈ, ਡਾਕਟਰਸ ਹੈ, ਆਫਿਸਿਸ ਹੈ, ਹਾਸਪਿਟਲਸ ਹੈ। We have so many Indian owned businesses also in Indiana, jo ja citizen hon ya Americans Indian citizens hai ji, wo bhi bahut impact hota hai. So jo annual gala hum log karta hai per every year, wo jo celebration of our impact hai, how we are impacting the economy in the state of Indiana through our investments, ਜੋ ਵੀ ਰੀਅਲ ਇਸਟੇਟਸ ਹੈ, ਅਪਾਰਟਮੈਂਟਸ ਵੀ ਹੋ ਸਕਦਾ ਹੈ, ਔਰ ਇੰਡੀਅਨ ਕੰਪਨੀਜ਼ ਕਾ ਇਕਾਨਮੀ ਇਧਰ ਜੈਸੇ ਜਾਬਸ ਰਿਕਰੂਟ ਕਰਤਾ ਹੈ ਯਾ ਲੋਕਲ ਜਾਬਸ ਕ੍ਰੀਏਟ ਕਰਤਾ ਹੈ, ਯੇ ਸਬਸੇ ਇਹ ਬੜਾ ਇੰਪੈਕਟ ਹੋਤਾ ਹੈ, ਇਟ ਜਨਰੇਟਸ ਐਨੋਰਮਸ ਆਫ ਇੰਪਲਾਇਮੈਂਟ ਫੋਰ ਬੋਥ ਇੰਡੀਆਨਾ ਐਂਡ ਇੰਡੀਆ। ਜੀ ਮੈਂ ਜੋ ਤੁਸੀਂ ਇਵੈਂਟ ਕੀਤੀ ਸੀ ਆਪਣੇ ਇੰਡੀਅਨਾਪੋਲਿਸ ਡਾਊਨਟਾਊਨ ਦੇ ਵਿੱਚ, ਜਿਹਨੂੰ ਆਪਾਂ ਬਾਲ ਸੈਂਟਰ ਕਹਿੰਦੇ ਹਾਂ, ਕਾਫੀ ਵਧੀਆ ਇਵੈਂਟ ਸੀ। ਮੈਂ ਚਾਹੂੰਗਾ ਕਿ ਜਿੰਨੇ ਵੀ ਇਸ ਵੇਲੇ ਚੈਸ ਟੀਵੀ ਦਰਸ਼ਕ ਦੇ ਰਹੇ, ਉਹਨਾਂ ਨੂੰ ਜ਼ਰੂਰ ਆਪਾਂ ਇੱਕ ਉਸ ਮੂਮੈਂਟ ਦਾ ਜਿਹੜਾ ਗਵਰਨਰ ਦੇ ਨਾਲ ਮੂਮੈਂਟ ਸੀ, ਉਹ ਜ਼ਰੂਰ ਦਿਖਾਈਏ ਕਿ ਆਪਾਂ ਉਸ ਉੱਥੇ ਇਸ ਦਿਨ ਆ ਹੋਇਆ ਸੀ। ਮੈਂ ਕਹੂੰਗਾ ਕਿ ਜ਼ਰੂਰ ਆ ਲਓ, ਆਪਾਂ ਦਿਖਾਉਂਦੇ ਤੁਹਾਨੂੰ ਕਿ ਗਵਰਨਰ ਦੇ ਨਾਲ ਰਾਜੂ ਭਾਅ ਜੀ ਹੋਰ ਕਿੰਨੇ ਉੱਥੇ ਜਿਹੜੇ ਬੰਦੇ ਆਏ ਹੋਏ ਸੀ, ਗਵਰਨਰ ਦੇ ਨਾਲ ਕਿੰਨਾ ਵਧੀਆ ਪ੍ਰੋਗਰਾਮ ਸੀਗਾ ਜੀ। ਫਸਟ ਪ੍ਰੈਜ਼ੈਂਟਿੰਗ ਦ ਗਾਰਲੈਂਡ
the medallion. The shawl. And last but not least, the award. The same issues that are important to people all over the world, and to be able to do, not just build in India or Indiana, or ship from India or Indiana, but to be able to create the research and development phase before it ever gets to the engineering phase, before it ever gets to the production. And that's pretty special. Those bonds are bringing us together, and that has a direct impact in a positive way on not just our relationships, the P2P or the B2B, the business to business, and the G2G, the government to government. It has, on that business front, a direct positive relationship on our imports and our exports, making sure that. ਜੀ ਇਹ ਸਨ ਜਿਹੜੇ ਇੰਡੀਆਨਾ ਦੇ ਗਵਰਨਮੈਂਟ ਐਰਿਕ ਹੁਕਮ ਜੀ, ਜਿਨ੍ਹਾਂ ਨੇ ਇੰਡੀਆ, ਜਿਹੜੇ ਮੇਰਾ ਖਿਆਲ ਆ ਪਹਿਲੇ ਗਵਰਨਮੈਂਟ ਆ, ਬਾਕੀ ਰਾਜੂ ਜੀ ਜ਼ਿਆਦਾ ਜਾਣਦੇ ਹੋਣਗੇ, ਪਹਿਲਾ ਗਵਰਨਰ ਹੈ ਜਿਹੜਾ ਇੰਡੀਆ ਵਿੱਚ ਗਿਆ ਸੀ, ਸਹੀ ਆ ਜੀ? ਯੈਸ, ਇਹ ਗਵਰਨਰ ਐਰਿਕ ਹੁਕਮ ਇਜ਼ ਦ ਫਸਟ ਗਵਰਨਰ ਟੂ ਵਿਜ਼ਿਟ ਇੰਡੀਆ ਇਨ 2017. ਇੰਡੀਆਨਾ ਸਟੇਟਸ ਸੈਲੀਬ੍ਰੇਟਿੰਗ ਬਾਈਸੈਂਟੇਨੀਅਲ ਦੈਟ ਟਾਈਮ 200 years celebrate kar rahe hain. So that means ek Indiana governor 200 years mein pehle bar India ko gaya in 2017. Yehi governor 2019 mein bhi gaya second time. So he is the first governor to visit India twice. He led a lot of delegations both in 17 and 19. Wo prime minister Modi se mein mila in 2019. But when we are there, we build the relationships between governments, business people, sports. 2019 mein Pacers, apna jo Indiana ka Pacers hai basketball ka team, Mumbai mein first NBA game khela jo Sacramento Kings ke saath. Do game khela, aur do game Pacers ne won, they won it. So ye jo relationship hota hai apne Indiana ke liye, acha ke liye, jo news mein aata hai, kyunki jyada log janta nahi hai Indiana ko India mein. Kyunki apna har samay jab bolta hai, hum Indiana mein rehta hai, puchta hai kidhar hai? Kidhar. To bolna padta hai Chicago ka pass. Chicago se 3 ghanta bol ke. So ye jo naam ke liye, ye jo economy hai, agriculture hai apna paas, industries hai, ye sab governor jab wahan India mein jata hai, ye sab baatein hote rehta hai sab states mein. Ji, abhi to Indiana kafi popular ho gaya, kyunki Indian bahut hain. Abhi ye nahi kehna padta ki kidhar, abhi to 90% logon ko maloom hai ki Indiana hai. पहले जब आप बात कर रहे हैं कि 96 में, तब किसी को बोल दो कि इंडियाना, वो सोचते कि इंडियाना इंडिया का पार्ट होगा कोई. करेक्ट, क्योंकि तब लोगों को इन्फॉर्मेशन नहीं थी. लेकिन ये अभी इंटरनेट आने से अभी तो बहुत आसान है सभी का. लेकिन आपने जो इवेंट किया, मैं सभी को बताना चाहता हूँ कि बहुत बढ़िया, अच्छा इवेंट था और बहुत बढ़िया काम था कि इंडिया और इंडियाना को एक ब्रिज बना दिया, और उससे जो भी इंडिया में जो कि कंपनी इधर खोलना चाहता है वो खोल सकता है, जो इधर से इंडिया खोलना चाहता है वो भी खोल सकता है. इससे काफी वो थोड़ा जो काफी आसान हो गया, पहले से अभी आपका बहुत अच्छा रिलेशनशिप भी है गवर्नर के साथ, ऐसा मेरे को मालूम पड़ा. यस, आपने जो सही बोला, ये जो हम लोग ज्यादा लास्ट 16 इयर्स 17 इयर्स से जो काम कर रहा था, ये जो रिलेशनशिप बनाने के लिए ट्राई कर रहा था, ये अभी बहुत सक्सेसफुल हो गया. अभी अपना इंडियाना इंडिया ट्रेड जो है, अभी 1.2 बिलियन ट्रेड है. जी, वो 15 साल 2002 में वो 200 मिलियन था. तो ये काफी ट्रेड, एक्सपोर्ट्स एंड इंपोर्ट्स जो हो रहा है इंडियाना का इंडिया से, वो बहुत बढ़ गया. अभी 1.2 बिलियन डॉलर्स
and any we can help any companies who wants to come to Indiana from anywhere, even from local USA mein bhi koi hai इंडियाना को आना चाहता है कैसा बिजनेस करना है हम गवर्नमेंट के साथ कनेक्ट कर सकते हैं लोकल गवर्नमेंट के साथ कनेक्ट कर सकता है That's good ये जो अवार्ड दिया गवर्नर को ये जो प्रेस्टीजियस अवार्ड है ये जो अवार्ड है कॉल्ड इंडियाना रत्न अवार्ड है ज्यूवेल ऑफ इंडियाना सो वी दिस इज द थर्ड पर्सन हु रिसीव द अवार्ड इन द लास्ट फोर इयर्स फर्स्ट टाइम The award went to Crystal Dehon, who is the philanthropist, and she started schools for below poverty in India in 2000, many, many years ago. So that relationship also, education relationship, poverty, eradicate the poverty is a big thing. So education, what Crystal House is doing in India is also very important. And second award gaya former mayor Greg Ballard, who is the first mayor of Indianapolis to visit India in 2010. So since 2010, apna relations jo hai badh gaya. We hosted several ministers, several chief ministers from India, several business leaders from India in Indiana. We are always open. We would love to work with all communities to make this more successful and annual event. In the next few years. Thank you. Okay. Raju ji, आपका बहुत-बहुत धन्यवाद. आपने आए ये information दी कि अगर कहाँ से भी आपको Indiana में business करना है और इधर आना है और इधर आगे से business करना है, राजू जी well connected हैं governor के साथ. That's the highest rank you can get in the state of Indiana as governor. तो राजू जी उनसे well connected हैं. कोई किसी भी तरह की help चाहिए business करने की और कोई knowledge चाहिए. तो राजू जी आपका इधर लोकल है, अगर आपको नंबर चाहिए राजू जी का मेरे पास है, इनका ऑफिस भी है. और राजू जी जाने से पहले मैं आपको पूछना चाहूंगा कि आपने मेरे को इंट्रोड्यूस कराया था कि जो विलेज ग्लोबल विलेज आप ओपन कर रहे हैं वो उसमें बारे थोड़ा सा बताइए. ओके, तो ये जो ग्लोबल विलेज है जो इंटरनेशनल मार्केट प्लेस कोलिशन जहाँ अपना इंडियन बिजनेसेस इंडियन रेस्टोरेंट्स भी है पूरा वर्ल्ड का 56 रेस्टोरेंट्स हर देश का रेस्टोरेंट है उधर एरिया पे जी. तो वो जो ग्लोबल विलेज जो बना रहे हैं उसमें वेलकम ऑल कल्चर्स सेलिब्रेट ऑल फेस्टिवल्स अपना जैसा अपना इंडिया में भी हर स्टेट अलग अलग फेस्टिवल्स है अलग कॉन्सर्ट्स है सिंगर्स आते रहता है सो वहाँ एक ऑडिटोरियम बना रहे हैं और हर कंट्री का एक एग्जिबिट रहेगा जैसा ड्रेसिंग कल्चर्स वर्शिप प्लेस फेथ प्लेस क्या क्या होते रहता है बच्चों को सिखा सकता है दे कैन लर्न लाइक आल्सो सेम वे सेवन कॉन्टिनेंट्स विल बी रिप्रेजेंटेड देयर एट दैट ग्लोबल विलेज एंड दैट ग्लोबल विलेज अभी काम शुरू हुआ वो इंटरनेशनल मार्केट प्लेस कोलिशन से होता है वो अपना दैट इज ओनली डेजिग्नेटेड इंटरनेशनल मार्केट प्लेस इन द स्टेट ऑफ इंडियाना जहाँ पीपल कैन कम शॉप ईट एंड सेलिब्रेट सो इसका वास्ता वो ग्लोबल विलेज का शुरू किया है जी. राजू जी थोड़ा बहुत 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 धन्यवाद आपका. आपने जो ये बताया हम दिखाएंगे आने वाले समय में के वो जो विलेज विलेज ग्लोबल विलेज जो राजू जी ने बताया कि वो पूरे वर्ल्ड का कल्चर का वो हम रखेंगे जो एग्रीकल्चर के एग्रीकल्चर में क्या क्या है वो आने वाले समय में हम जरूर दिखाएंगे हमारे जस्ट टीवी पे. लेकिन आज का जो समय है राजू जी वो थोड़ा जल्दी ख़त्म हो गया कि आपकी बातें इतनी इंटरेस्टेड थी कि टाइम का मालूम नहीं पड़ा कि टाइम कब 15 मिनट कैसे निकल गए मालूम नहीं पड़ा. इसीलिए आपका फिर वापस से शुक्रिया करते हैं कि आपका बहुत बहुत धन्यवाद. आपने टाइम निकाला और ये सारी चीज़ें बताई जो बिजनेस बारे और चिल्ड्रन के बारे में जो कि हमारे आने वाले फ्यूचर के बच्चे हैं जो उनका कितना फ़ायदा होगा और गवर्नमेंट से हम कनेक्टेड होंगे क्योंकि पॉलिटिकली कनेक्टेड होना बहुत ज़रूरी है. तो आप किसी भी कंट्री में बैठे हो इंडिया में हो या इधर हो इंग्लैंड में जाओ पॉलिटिकली कनेक्टेड होना आपका ज़रूरी है. इसलिए आज का जो समय है हम यहीं ख़त्म करेंगे. राजू जी आपका बहुत बहुत धन्यवाद. फिर कहीं आपसे मुलाकात होगी कभी भी जरूरत पड़े आप
जरूर आइए। आपका धन्यवाद, ये हम यहीं पे खत्म करते हैं। सत श्री अकाल जेसी भाई, वेरी नाइस टॉकिंग टू यू, थैंक यू फॉर इंक्लूडिंग मी, लुकिंग फॉरवर्ड टू फ्यूचर इवेंट्स, थैंक यू वेरी मच। नो प्रॉब्लम सर, थैंक यू।